ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਨ ਬਾਦਸ਼ਾਹ ਬਾਂਸਲ ਇਮੀਗ੍ਰੇਸ਼ਨ ਤੋਂ ਸਾਨੂੰ ਬਹੁਤ ਹੀ ਜ਼ਿਆਦਾ ਕੁਐਸਚਨ ਪੁੱਛਿਆ ਜਾਂਦਾ ਕਿ ਅਸੀਂ ਟ੍ਰੇਡ ਕੋਰਸ ਕਰਨਾ ਨਹੀਂ ਚਾਹੁੰਦੇ ਅਤੇ ਨਰਸਿੰਗ ਵਾਸਤੇ ਸਾਡੇ ਕੋਲ 70 ਸਕੋਰ ਨਹੀਂ ਹੈਗਾ ਤਾਂ ਅਸੀਂ ਕਿਹੜਾ ਕੋਰਸ ਕਰ ਸਕਦੇ ਹਾਂ ਜਿਹਦੀ ਫੀਸ ਵੀ ਘੱਟ ਹੋਵੇ ਅਤੇ ਡਿਪਲੋਮੇ ਲੈਵਲ ਦਾ ਜਾਂ ਨਾਨ ਡਿਪਲੋਮੇ ਲੈਵਲ ਦਾ ਕੋਰਸ ਹੋਵੇ ਤਾਂ ਤੁਹਾਡੀ ਸਾਰੀਆਂ ਨੇ ਜਿਹੜੀ ਤੁਹਾਡੀ ਕੁਐਰੀਜ ਨੇ ਉਹਨਾਂ ਦਾ ਸਲਿਊਸ਼ਨ ਲੈਣ ਲਈ ਅਸੀਂ ਅੱਜ ਬਿਲਕੁਲ ਇੰਸਟੀਟਿਊਟ ਜੋ ਕਿ ਮੈਲਬਰਨ ਬੇਸਡ ਇੱਕ ਕਾਫੀ ਚੰਗਾ ਕਾਲਜ ਹੈ ਲੈਵਲ 2 ਦਾ ਉਹਨਾਂ ਨੂੰ ਅਸੀਂ ਆਪਣੇ ਆਫਿਸ ਦੇ ਵਿੱਚ ਬੁਲਾਇਆ ਜਿਨ੍ਹਾਂ ਨਾਲ ਆਪਾਂ ਕਾਫੀ ਤਰ੍ਹਾਂ ਦੇ ਅਲੱਗ ਅਲੱਗ ਸਵਾਲ ਜੋ ਸਾਨੂੰ ਪੁੱਛੇ ਜਾਂਦੇ ਬੀਇੰਗ ਐਜ਼ ਐਨ ਐਜੂਕੇਸ਼ਨ ਕਾਉਂਸਲਰ ਉਹਨਾਂ ਸਾਰੇ ਆਪਾਂ ਉਹ ਕੁਐਸਚਨ ਪੁੱਟ ਕਰਾਂਗੇ ਇਸ ਵੇਲੇ ਜੀ ਥੈਂਕ ਯੂ ਸੋ ਮਚ ਬਾਂਸਲ ਇਮੀਗ੍ਰੇਸ਼ਨ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਇਨਵਾਈਟ ਕਰਨ ਲਈ ਤੇ ਬਹੁਤ ਵਧੀਆ ਲੱਗਿਆ ਤੇ ਰੀਅਲੀ ਹੈਪੀ ਮੋਰ ਦੈਨ ਹੈਪੀ ਟੂ ਆਨਸਰ ਆਲ ਦਾ ਕੁਐਰੀਜ਼ ਥੈਂਕ ਯੂ ਸੋ ਮਚ ਜੀ ਤਾਂ ਇਸ ਵੇਲੇ ਸਭ ਤੋਂ ਪਹਿਲੇ ਜੀ ਐਡਵਾਂਸਡ ਡਿਪਲੋਮਾ ਟੈਲੀਕਮ ਇਹ ਤੁਹਾਡੀ ਕਿੱਥੇ ਕੀ ਤੁਹਾਡੀ ਕੋਲ ਦੇ ਬ੍ਰਾਂਚਸ ਨੇ ਤੇ ਕਿੱਥੇ ਕਿੱਥੇ ਇਹ ਤੁਹਾਡੇ ਕੋਲ ਇਹ ਕੋਰਸ ਦਾ ਅਪਡੇਟ ਹੁੰਦਾ ਫਾਰ ਇੰਟਰਨੈਸ਼ਨਲ ਸਟੂਡੈਂਟ ਕੀ ਆਪਣੇ ਦੋ ਬ੍ਰਾਂਚਸ ਹੈਗੇ ਨੇ ਕਿ ਮੈਲਬਰਨ ਆਪਣਾ ਸਪੈਂਸਰ ਸਟ੍ਰੀਟ ਤੇ ਨੀਅਰ ਸਦਰਨ ਕ੍ਰਾਸ ਸਟੇਸ਼ਨ ਤੇ ਦੂਸਰਾ ਆਪਣਾ ਹੈਗਾ ਜੀ ਬ੍ਰਿਸਬੇਨ ਕੁਈਨਸਲੈਂਡ ਤੇ ਉਸ ਤੋਂ ਬਾਅਦ ਆਪਣੇ ਡੋਮੈਸਟਿਕ ਕੈਂਪਸ ਹੈਗੇ ਆ ਸਿਡਨੀ ਵੀ ਹੈ ਕਲੇਟਨ ਹੈ ਜਿਹਦੇ ਵਿੱਚ ਬੱਚੇ ਜੇ ਕੋਈ 485 ਵਾਲਾ ਬੱਚਾ ਹੈ ਜਾਂ ਮੈਂ ਦੇ ਡੋਮੈਸਟਿਕ ਜਿਹਦੇ ਕੋਲ ਵਰਕਿੰਗ ਸਟੱਡੀ ਰਾਈਟ ਹੈਗੇ ਆ ਨਾਨ ਸੀਓਈ ਉਹ ਉੱਥੇ ਪਹੁੰਚ ਜਾਂਦੇ ਠੀਕ ਹੈ ਤਾਂ ਸਵੇਰ ਜੀ ਮੈਂ ਹੋਰ ਪੁੱਛਣੀ ਆ ਹੁਣ ਜਿਹੜੇ ਇਹ ਇਸ ਕੋਰਸ ਦੇ ਇਹ ਫਾਇਦੇ ਕੀ ਨੇ ਦੇਖੋ ਜੀ ਇੱਕ ਤਾਂ ਮੇਨ ਸਭ ਤੋਂ ਵਧੀਆ ਫਾਇਦੇ ਵਾਲਾ ਜਿਹੜਾ ਕੋਰਸ ਕੰਪੈਰੇਟਿਵ ਟੂ ਦਾ ਬਾਕੀ ਜਿਹੜੇ ਟ੍ਰੇਡ ਕੋਰਸਸ ਹੈਗੇ ਆ ਇਹਦੇ ਵਿੱਚ ਬੱਚਿਆਂ ਲਈ ਉਹ ਜੌਬ ਰੈਡੀ ਪ੍ਰੋਗਰਾਮ ਦਾ ਇਸ਼ੂ ਨਹੀਂ ਆਉਂਦਾ ਹੈ ਕਿ ਦੂਸਰਾ ਵੀ ਕੰਪੈਰੇਟਿਵਲੀ ਇਸ ਲੈਬ ਬੇਸਡ ਪ੍ਰੋਗਰਾਮ ਜਿਹੜੇ ਜੋ ਮੇਰੀ ਨਹੀਂ ਪਰ ਕਰਨਾ ਪਸੰਦ ਕਰਦੇ ਨਾ ਜੇ ਚਾਹਦੇ ਨੇ ਕਿ ਇੰਪਲੋਇਰ ਦੇ ਕਿਹੜੇ ਨਹੀਂ ਕਰ ਸਕਦੇ ਉਹ ਜਾਂ ਉਹਨਾਂ ਕੋਲੇ ਇਹ ਸ਼ੈਫ ਕੁੱਕ ਜਾਂ ਇਹ ਮਕੈਨਿਕ ਦਾ ਬੰਦਾ ਜਿਹੜਾ ਨਹੀਂ ਪਸੰਦ ਹੈਗਾ ਤਾਂ ਉਹਨਾਂ ਵਾਸਤੇ ਕੋਰਸ ਇਹ ਠੀਕ ਹੈ ਉਹਨਾਂ ਲਈ ਬਹੁਤ ਵਧੀਆ ਕੋਰਸ ਹੈ ਜੀ ਦੂਸਰੀ ਹੈਗੀ ਹੈ ਦੇਖੋ ਟੈਕਨੋਲੋਜੀ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਜਿਵੇਂ ਪਿੱਛੇ ਜੌਬ ਬੜੀਆਂ ਐਮਬੀਐਨ ਰੋਲ ਆਊਟ ਕਰਕੇ ਸੀਗੀਆਂ ਹੁਣ ਅੱਗੇ 5G ਰੋਲ ਆਊਟ ਹੋ ਰਿਹਾ ਹੈਗਾ ਇਸ ਕਰਕੇ ਇਹਨਾਂ ਵੀ ਕਰੀਅਰ ਪੋਟੈਂਸ਼ੀਅਲ ਬਹੁਤ ਅੱਛੀ ਹੈਗੀ ਹੈ ਤੇ ਕਈ ਪੈਸੇ ਤੇ ਕਾਫੀ ਅੱਛੇ ਮਿਲ ਜਾਂਦੇ ਹੈਗੇ ਇਸ ਕਰਕੇ ਨਾ ਕੋਰਸ ਦੀ ਸਾਨੂੰ ਕਾਫੀ ਅੱਛਾ ਫੀਡਬੈਕ ਠੀਕ ਹੈ ਤਾਂ ਸੇ ਜੀ ਮੇਰੇ ਇੱਕ ਮੇਰੇ ਧਿਆਨ ਚ ਮੇਰੇ ਇਹ ਸਵਾਲ ਆ ਰਿਹਾ ਜੇ ਆਪਾਂ ਇੱਕ ਕੋਰਸ ਕਰਦੇ ਤਾਂ ਇਹਦੇ ਵਿੱਚ ਕੀ ਕੀ ਨਹੀਂ ਕਰਨਾ ਪਊਗਾ ਹੁਣ ਜਿਵੇਂ ਕੁੱਕ ਦੇ ਵਿੱਚ ਤਾਂ ਪਤਾ ਕਿ ਆਪਾਂ ਖਾਣਾ ਪੀਣਾ ਬਣਾਉਣਾ ਪੈਣਾ ਤੇ ਜੇ ਮਕੈਨਿਕ ਦੇ ਵਿੱਚ ਆਪਾਂ ਨੂੰ ਕਾਰ ਦਾ ਰਿਪੇਅਰ ਕਰਨਾ ਤਾਂ ਟੈਲੀਕਮਿਊਨੀਕੇਸ਼ਨ ਵਿੱਚ ਕੀ ਹੁੰਦਾ ਇਹਦੇ ਵਿੱਚ ਮੇਨਲੀ ਹੁੰਦਾ ਹੈ ਕਿ ਜਿਵੇਂ ਟੈਲੀਕਮਿਊਨੀਕੇਸ਼ਨ ਨੈਟਵਰਕ ਪਲੈਨਰ ਜਾਂ ਇੰਜੀਨੀਅਰ ਬੇਸਡ ਰੋਲ ਹੁੰਦੇ ਹੈਗੇ ਆ ਇੰਜੀਨੀਅਰ ਕੰਪੈਰੀਟਿਵਲੀ ਕਾਫੀ ਹੈਵੀ ਵਰਡ ਹੈ ਕਈ ਵਾਰ ਬੱਚੇ ਸੁਣ ਕੇ ਡਰ ਜਾਂਦੇ ਹੈਗੇ ਬਟ ਇਟ ਮੋਰ ਥੋੜਾ ਜਿਹਾ ਵੀ ਸਟਾਰਟਿੰਗ ਫਰੋਮ ਕੇ ਵੀ ਵਰਕ ਹੈਲਥ ਐਂਡ ਸੇਫਟੀ ਦੀ ਸੁਪਰਵੀਜ਼ਨ ਕਿੱਦਾਂ ਕਰਨੀ ਹੈ ਨੈਟਵਰਕ ਨੂੰ ਕਿੱਦਾਂ ਪਲਾਨ ਕਰਨਾ ਹੈ ਕਿੱਦਾਂ ਡਿਜ਼ਾਈਨ ਕਰਨਾ ਹੈਗਾ ਟੈਲੀਕਮਿਊਨੀਕੇਸ਼ਨ ਨੈਟਵਰਕ ਨੂੰ ਤੇ ਟੈਲੀਕਮਿਊਨੀਕੇਸ਼ਨ ਨੈਟਵਰਕ ਦੇ ਕਿਹੜੇ ਕਿਹੜੇ ਮੇਨ ਚੀਜ਼ਾਂ ਇਨਵੋਲਵ ਹੁੰਦੀਆਂ ਦੇ ਵਿੱਚ ਜਿਵੇਂ ਤੇ ਉਹਨਾਂ ਨੂੰ ਪਤਾ ਵੀ ਕਿੰਨਾ ਕੁ ਉਹਨਾਂ ਦਾ ਵਰਕ ਲੋਡ ਜਾਂ ਸਟੱਡੀ ਲੋਡ ਹੁੰਦਾ ਹੈਗਾ ਤੇ ਉਹ ਮੈਨੇਜ ਕਰਕੇ ਨਾਰਮਲੀ ਫਾਸਟ ਟਰੈਕ ਕਰਕੇ 12 ਤੋਂ 15 ਮਹੀਨੇ ਦੇ ਵਿੱਚ ਫਿਨਿਸ਼ ਕਰ ਲੈਂਦੇ ਆ ਜਲਦੀ ਫਿਨਿਸ਼ ਕਰ ਸਕਦੇ ਆ ਤੇ ਫਿਰ ਉਸ ਜਲਦੀ ਫਿਨਿਸ਼ ਕਰਨ ਦੇ ਨਾਲ ਉਹਨਾਂ ਦਾ ਫਿਰ ਜਿਹੜਾ ਡੋਨੇਸ਼ਨ ਆ ਤੇ ਫੀਸ ਵੀ ਕਰੇ ਹਾਂਜੀ ਥੋੜਾ ਅਸੀਂ
ਇਸਤੇ ਡਿਸਕਾਊਂਟਡ ਅਕੋਰਡਿੰਗਲੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਤੇ ਡਿਊਰੇਸ਼ਨ ਤਾਂ ਉਹ ਫਿਰ ਬੱਚੇ ਦੀ ਅਬਿਲਿਟੀ ਤੇ ਹੈਗਾ ਜੀ ਕਿ ਕਈ ਵਾਰ ਵੀ ਉਹ 12 ਮਹੀਨੇ ਲੱਗ ਰਹੇ ਹਨ 15 ਮਹੀਨੇ ਲੱਗ ਰਹੇ ਕਿ ਇੰਡੀਵਿਜੂਅਲ ਲਰਨਰ ਕਈ ਵਾਰ ਜਲਦੀ ਉਹ ਕਰ ਲੈਂਦੇ ਹੈਗੇ ਆ ਕਈ ਬੱਚੇ ਥੋੜਾ ਕੰਮ 'ਚ ਜ਼ਿਆਦਾ ਬਿਜ਼ੀ ਹੋ ਕੇ ਉਹਨਾਂ ਕੋਲ ਟਾਈਮ ਐਕਸਟਰਾ ਹੁੰਦਾ ਤਾਂ ਉਹਨੇ ਅਸੀਂ ਐਕਸਟਰਾ ਦੇਣਾ ਠੀਕ ਹੈ ਸਰ ਉਹ ਸੇਜ ਉਹ ਸਪੋਰਟ ਕਰੋ ਇੱਕ ਸਟੂਡੈਂਟ ਕੋਈ ਰਿਹਾ ਸਟੂਡੈਂਟ ਹਾਂ ਉਹ ਆਪਣੇ ਡਿਪਲੋਮੇ ਜਾਂ ਐਮਆਰ ਡਿਪਲੋਮੇ ਕੋਈ ਕੋਰਸ ਕਰ ਰਿਹਾ ਜਾਂ ਬੈਚਲਰ ਕਰ ਰਿਹਾ ਸੀਗਾ ਹਾਂਜੀ ਤੇ ਉਹਦੀ ਆਈਲਟਸ ਐਕਸਪਾਇਰ ਹੋ ਗਈ ਹਾਂਜੀ ਤਾਂ ਫਿਰ ਉਸ ਏ ਸਟੂਡੈਂਟ ਨੂੰ ਤੁਸੀਂ ਜੇ ਤੁਹਾਡੇ ਕੋਲ ਐਡਮਿਸ਼ਨ ਕਰਵਾਓਗੇ ਤਾਂ ਕੀ ਆ ਦੁਬਾਰਾ ਤੁਸੀਂ ਰਿਕੁਆਇਰ ਕਰਦੇ ਹੋ ਨਹੀਂ ਜੀ ਆਪਣੇ ਕੋਲੇ ਆਪਣਾ ਪਲੇਸਮੈਂਟ ਟੈਸਟ ਕਰਵਾ ਲੈਂਦੇ ਹੈਗੇ ਵੈਸੇ ਤਾਂ ਅਗਰ ਬੱਚੇ ਨੇ ਸਰਟੀਫਿਕੇਟ 4 ਜਾਂ ਫਿਰ ਹਾਇਰ ਲੈਵਲ ਦੀ ਸਟੱਡੀ ਕੋਈ ਵੀ ਸਟੱਡੀ ਆਸਟ੍ਰੇਲੀਆ ਦੀ ਕੰਪਲੀਟ ਕੀਤੀ ਹੈ ਪਿਛਲੇ 2 ਸਾਲ ਦੇ ਵਿੱਚ ਫਿਰ ਤਾਂ ਪਲੇਸਮੈਂਟ ਟੈਸਟ ਦੀ ਵੀ ਜ਼ਰੂਰਤ ਹੈ ਅਦਰਵਾਈਜ਼ ਉਹ ਸਿੰਪਲ ਪਲੇਸਮੈਂਟ ਟੈਸਟ ਹੈਗਾ ਉਹ ਇਨ ਕੋਵਿਡ ਸਿਨੈਰੀਓ ਅਸੀਂ ਆਨਲਾਈਨ ਵੀ ਪ੍ਰੋਵੀਜ਼ਨ ਕਰਾ ਦਿੰਦੇ ਸੀਗੇ ਅਦਰਵਾਈਜ਼ ਔਨ ਕੈਂਪਸ ਵਾਪਸ ਪਲੇਸਮੈਂਟ ਟੈਸਟ ਮੰਡੇ ਟੂ ਫਰਾਈਡੇ ਕਦੋਂ ਵੀ ਕਰ ਸਕਦੇ ਤੇ ਸਰ ਇੱਕ ਚੀਜ਼ ਹੋਰ ਮੈਂ ਲੈ ਇਹ ਇਸ ਤੋਂ ਇਲਾਵਾ ਸਪੋਜ਼ ਜੇ ਕੁਝ ਸਟੂਡੈਂਟ ਚਾਹੁੰਦੇ ਨੇ ਕਿ ਵੀ ਉਹਨਾਂ ਦੇ ਇਹ ਜੇ ਬੈਟਰ ਕਰ ਲੈਣ ਜਾਂ ਗੈਪ ਨਾ ਸਟੱਡੀ ਦੇ ਵਿੱਚ ਆਵੇ ਤੇ ਉਹ ਇੰਗਲਿਸ਼ ਕੋਰਸ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ ਆਪਣੀ ਕੋਲਜ ਵਿੱਚ ਹਾਂਜੀ ਅਸੀਂ ਰੀਸੈਂਟਲੀ ਐਲੀਬੋਸ ਪ੍ਰੋਵਾਈਡ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚ ਆਪਾਂ ਆਪਣੇ ਕੋਲ ਸਾਰੇ ਲੈਵਲ ਹੈਗੇ ਆ ਆਪਣੀ ਸਟਾਰਟਿੰਗ ਫਰੋਮ ਮਿਨੀਮਮ 5 ਵੀਕਸ ਆਪਾਂ ਕੋਈ ਵੀ ਚਿਕਨ ਐਲੀਬੋਸ ਦਾ ਕੋਰਸ ਪ੍ਰੋਵਾਈਡ ਕਰਦਾ ਤੇ ਉਹਦੇ ਵਿੱਚ ਫੀਸ ਸਟ੍ਰਕਚਰ ਕਿੰਨਾ ਬਣਦਾ ਦੇਖੋ ਫਿਰ ਆਪਣੀ ਫੀਸ ਕਾਫੀ ਕੰਪੈਟੀਟਿਵ ਹੈ ਕਿ ਇਹ ਆਈ ਥਿੰਕ $150 ਪਰ ਵੀਕ ਹੈ ਜਿਹਨਾਂ ਤੇ ਪਲੱਸ ਤੁਹਾਨੂੰ ਬਹੁਤ ਐਡਮਿਸ਼ਨ ਚਾਹੀਦੀ ਹੈ ਠੀਕ ਹੈ ਫਿਰ ਨੋਰਮਲ ਤੇ ਉਹ ਬੱਚਾ ਪਰ ਵੀਕ ਪੇ ਕਰ ਸਕਦਾ ਹਾਂ ਠੀਕ ਹੈ ਤੇ ਲਾਸਟ ਇੱਕ ਚੀਜ਼ ਮੇਰੇ ਹੋਰ ਧਿਆਨ ਚ ਆਈ ਉਹ ਸਪੋਜ਼ ਜਿਹੜੇ ਕੁਝ ਸਟੂਡੈਂਟ ਨੇ ਜੇ ਉਹਨਾਂ ਨੇ ਸਪੋਜ਼ ਮੈਲਬਨ ਦੇ ਵਿੱਚ ਪੜ੍ਹ ਰਹੇ ਨੇ ਤੇ ਆਉਣ ਵਾਲੇ 1 ਸਾਲ ਦੇ ਵਿੱਚ ਉਹ ਚਾਹੁੰਦੇ ਨੇ ਕਿ ਬ੍ਰਿਸਬਨ ਮੂਵ ਕਰਨਾ ਚਾਹੁੰਦੇ ਨੇ ਹਾਂਜੀ ਤਾਂ ਫਿਰ ਤੁਸੀਂ ਫਿਰ ਇਹ ਉਹਦੇ ਅਸਿਸਟ ਕਰੋਗੇ ਜਾਂ ਲੋਕੇਸ਼ਨ ਕੀ ਕਰੋਗੇ ਹਾਂਜੀ ਉਹਦੇ ਵਿੱਚ ਬਿਟਵੀਨ ਕੈਂਪਸ ਟ੍ਰਾਂਸਫਰ ਦੇ ਵਿੱਚ ਕੋਈ ਇਸ਼ੂ ਨਹੀਂ ਆਉਂਦਾ ਹੈ ਮੈਂ ਕਿਉਂਕਿ ਸਿਮਿਲਰ ਟਾਈਮ ਟੇਬਲ ਸਾਡੇ ਉੱਥੇ ਵੀ ਚੱਲ ਰਹੇ ਹੈਗੇ ਤੇ ਨਾਰਮਲੀ ਬੱਸ ਦੇ ਵਿੱਚ ਵੀ ਹੋਇਆ ਬੱਚੇ ਕਈ ਵਾਰ ਸਰਕਮਸਟਾਂਸ ਚੇਂਜ ਹੋ ਗਏ ਆ ਬ੍ਰਿਸਬਨ ਤੋਂ ਮੈਲਬਨ ਜਾਂ ਮੈਲਬਨ ਤੋਂ ਬ੍ਰਿਸਬਨ ਜਾਣਾ ਚਾਹੁੰਦੇ ਆ ਤਾਂ ਇਟਸ ਕੁਆਇਟ ਈਜ਼ੀ ਪ੍ਰੋਸੈਸ ਠੀਕ ਹੈ ਦੋਸਤੋ ਤਾਂ ਇਹ ਜੇ ਤੁਹਾਡਾ ਕੋਈ ਵੀ ਤੁਹਾਡਾ ਕੁਐਸਚਨ ਜੇ ਟੈਲੀਕਮਿਊਨੀਕੇਸ਼ਨ ਦੇ ਰਿਗਾਰਡਿੰਗ ਕੁਝ ਤੁਹਾਡਾ ਰਹਿ ਗਿਆ ਹੋਵੇ ਤਾਂ ਤੁਸੀਂ ਸਾਨੂੰ ਇਹ ਫੋਨ ਕਰ ਸਕਦੇ ਹੋ ਜਾਂ ਵੈਲਕਮ ਕਾਲ ਤੁਸੀਂ ਫੋਨ ਕਰ ਸਕਦੇ ਹੋ ਉਹ ਵੀ ਤੁਹਾਨੂੰ ਇਹ ਤੁਹਾਡੀ ਕੋਰਸ ਸਟ੍ਰਕਚਰ ਬਾਰੇ ਤੁਹਾਨੂੰ ਵਧੀਆ ਜਾਣਕਾਰੀ ਦੇ ਦੇਣਗੇ ਤੇ ਬਾਕੀ ਜੇ ਕੋਈ ਤੁਹਾਡਾ ਕੁਐਸਚਨ ਹੋਰ ਵੀ ਹੋਵੇ ਤਾਂ ਸਾਨੂੰ ਕਮੈਂਟ ਜਾਂ ਸਾਨੂੰ ਫੋਨ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਹੋ ਤਾਂ ਥੈਂਕ ਯੂ ਸੋ ਮਚ ਜੀ ਸਾਡੇ ਬਸੇ ਵਿੱਚ ਆਫਿਸ ਆਉਣ ਦਾ ਥੈਂਕ ਯੂ ਤੁਹਾਡਾ ਵੀ ਤੇ ਮੈਂ ਲਾਸਟ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਚਾਹਾਂਗਾ ਕਿ ਇਹ ਕਾਫੀ ਜਿਹੜੀ ਪਪੂਲਰ ਹੈਗੀ ਹੈ ਵੀਕਐਂਡ ਕਿਉਂਕਿ ਸਾਡੇ ਕੋਲ ਵੀਕਐਂਡ ਟਾਈਮ ਟੇਬਲ ਵੀ ਹੈਗੇ ਜਿਹੜੇ ਬੱਚੇ ਕਈ ਮੰਡੇ ਟੂ ਫਰਾਈਡੇ ਕੰਮ ਕਰ ਰਹੇ ਹੁੰਦੇ ਨੇ ਵੀਕਐਂਡ ਕਲਾਸ ਦੇ ਕੇ ਕਲਾਸ ਇਲੈਕਸ਼ਨ ਨੂੰ ਲੈ ਕੇ ਉਹ ਵੀ ਆਪਾਂ ਆਫਰ ਕਰ ਦਿੰਦੇ ਹੈਗੇ ਆ ਠੀਕ ਹੈ ਜੀ ਤੇ ਦੂਸਰਾ ਆਪਣਾ ਕੋਲ ਗ੍ਰੈਜੂਏਟ ਡਿਪਲੋਮਾ ਵਗੈਰਾ ਵੀ ਹੈਗੇ ਆ ਤਾਂ ਸਾਡੇ ਲੇਟਲੀ ਦੇ ਆਰ ਬਟ ਪਪੂਲਰ ਹੈ ਹਾਂ ਇਹ ਕਿਉਂਕਿ ਸਰ ਇਹਦੇ ਵਿੱਚ ਇੱਕ ਜਿਵੇਂ ਧਿਆਨ ਜਾਈ ਜੇ ਗ੍ਰੈਜੂਏਟ ਡਿਪਲੋਮਾ ਜਿਹੜਾ ਬੱਚੇ ਬੈਚਲਰ ਤੇ ਆਏ ਤੇ ਕੋਰਸ ਚ ਕਰ ਦਿੰਦੇ ਹਾਂ ਜੀ ਤਾਂ ਉਹ ਅਡਵਾਂਸ ਡਿਪਲੋਮਾ ਲੈ ਕੇ ਗ੍ਰੈਜੂਏਟ ਡਿਪਲੋਮਾ ਕਰ ਸਕਦੇ ਹਾਂ ਤਾਂ ਉਹਦਾ ਵੀ ਵੀਜ਼ਾ ਮਿਲ ਜਾਂਦਾ ਜੀ ठीक है सर बाकी थैंक यू सो मच फॉर कमिंग थैंक यू थैंक यू सो मच